शिव के दरवेश चैनल ਵਿੱਚ ਤੁਹਾਡਾ ਬਹੁਤ ਬਹੁ ਸਵਾਗਤ ਹੈ ਜੀ ਆਸ ਹੈ ਤੁਸੀਂ ਸਭ ਠੀਕ ਹੋਵਾਂਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਲ ਮਸਤ ਬਾਪੂ ਲਾਲ ਬਾਦਸ਼ਾਹ ਜੀ ਸਰਕਾਰ ਨਕੋਦਰ ਵਾਲੀ ਸਰਕਾਰ ਮਸਤਾਂ ਦੇ ਮਸਤ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਬਾਪੂ ਜੀ ਨੂੰ ਸਲਾਮ ਕਰਨ ਜਾਂਦੇ ਆ ਤਾਂ ਜਿੱਥੇ ਬਾਪੂ ਜੀ ਦੀ ਮਜ਼ਾਰ ਬਣੀ ਹੋਈ ਹੈ ਤਾਂ ਇੱਕ ਸਾਈਡ ਤੇ ਆਪਾਂ ਹੋਰ ਸਲਾਮ ਕਰਨ ਜਾਂਦੇ ਆ ਇਧਰ ਖੱਬੇ ਹੱਥ ਤਾਂ ਤੁਸੀਂ ਦੇਖਿਆ ਹੋਣਾ ਉੱਥੇ ਵੀ ਇੱਕ ਮਜ਼ਾਰ ਬਣੀ ਹੋਈ ਹੈ ਤਾਂ ਉਹ ਮਜ਼ਾਰ ਕਿੰਨਾ ਦੀ ਹੈ ਤੇ ਬਾਪੂ ਜੀ ਇਹ ਵੀ ਦੱਸਦੇ ਨੇ ਕਿ ਮੈਨੂੰ ਕਿਹੜੀ ਸਲਾਮ ਕਬੂਲ ਹੋਵੇਗੀ ਤੇ ਜ਼ਰੂਰ ਉਹ ਸਲਾਮ ਕਬੂਲ ਹੋਵੇਗੀ ਆਪਾਂ ਬਾਪੂ ਜੀ ਨੂੰ ਸਲਾਮ ਕਰਨ ਜਾਂਦੇ ਆ ਤੇ ਆਪਣੀ ਸਲਾਮ ਕਬੂਲ ਹੋ ਜੇਵੇ ਤਾਂ ਇਦੋਂ ਵੱਡੀ ਹੋਰ ਕੀ ਗੱਲ ਹੈ ਸਮਾਂ ਨਾ ਖਰਾਬ ਕਰਦੇ ਹੋ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਜਦੋਂ ਆਪਾਂ ਬਾਪੂ ਜੀ ਨੂੰ ਸਲਾਮ ਕਰਦੇ ਆ ਤਾਂ ਜਿਹੜੀ ਇਧਰਲੇ ਹੱਥ ਮਜ਼ਾਰ ਬਣੀ ਹੋਈ ਹੈ ਉਹ ਸਾਈਂ लवली ਸ਼ਾਹ ਜੀ ਦੀ ਮਜ਼ਾਰ ਬਣੀ ਹੋਈ ਹੈ ਜੋ ਪਿੱਕ ਤੁਸੀਂ ਦੇਖ ਰਹੇ ਹੋ ਵੀਡੀਓ ਸਕਰੀਨ ਤੇ ਇਹ ਸਾਈਂ लवली ਸ਼ਾਹ ਜੀ ਦੀ ਹੈ लवली ਸਾਈਂ ਜੀ ਬਾਪੂ ਜੀ ਦੇ ਕਹਿਣੇ ਦੇ ਵਿੱਚ ਇੰਨਾ ਕੁ ਰਹੇ ਇੰਨਾ ਕੁ ਆਪਣੀ ਪੀਰ ਦੀ ਰਜ਼ਾ ਦੇ ਵਿੱਚ ਰਹੇ ਬਾਪੂ ਜੀ ਨੇ ਉਹਨਾਂ ਨੂੰ ਆਪਣਾ ਬੇਟਾ ਮੰਨ ਲਿਆ ਬਾਪੂ ਜੀ ਨੇ ਉਹਨਾਂ ਨੂੰ ਆਪਣਾ ਬੇਟਾ ਬਣਾਇਆ ਹੋਇਆ ਸੀ ਤੇ ਉਹਨਾਂ ਦੀ ਮਜ਼ਾਰ ਉਹਨਾਂ ਦਾ ਕਫਨ ਆਪਣੇ ਹੱਥੀ ਜਿਹੜਾ ਦਫਨ ਕੀਤਾ ਸੀ ਬੜਾ ਵੱਡਾ ਰਤਬਾ लवली ਨੂੰ ਲਵਲੀ ਸਾਈ ਜੀ ਬਾਪੂ ਜੀ ਨੇ ਬਣਾਇਆ ਸੀ ਇਹ ਰਤਬਾ ਲਵਲੀ ਤੋਂ ਲਵਲੀ ਸਾਈ ਜੀ ਦਾ ਰਤਬਾ ਕਿਵੇਂ ਮਿਲਿਆ ਇਹ ਗੱਲ ਕਰਦੇ ਆ ਲਵਲੀ ਸਾਈ ਜੀ ਆਬਾਦਪੁਰੇ ਜਲੰਧਰ ਦੇ ਵਿੱਚ ਆਬਾਦਪੁਰਾ ਉੱਥੇ ਰਹਿੰਦੇ ਹੁੰਦੇ ਸੀ ਉੱਥੋਂ ਦੇ ਰਹਿਣ ਵਾਲੇ ਸੀ ਲਵਲੀ ਸਾਈ ਜੀ ਦੇ ਮੁਰਸ਼ਿਦ ਬਾਬਾ ਨਰੰਜਨ ਸ਼ਾਹ ਜੀ ਜਿਨ੍ਹਾਂ ਨੂੰ ਬਾਬਾ ਨੰਜੂ ਸ਼ਾਹ ਜੀ ਵੀ ਕਹਿੰਦੇ ਸੀ ਜੋ ਕਿ ਮਾਸਟਰ ਸਲੀਮ ਦੇ ਦਾਦਾ ਜੀ ਸੀ ਲਵਲੀ ਸਾਈ ਜੀ ਹਮੇਸ਼ਾ ਬਾਬਾ ਨੰਜੂ ਸ਼ਾਹ ਜੀ ਨੂੰ ਕਹਿੰਦੇ ਹੁੰਦੇ ਸੀ ਕਿ ਮੈਂ ਕਿਸੇ ਪੀਰ ਫਕੀਰ ਦੀ ਸੇਵਾ ਕਰਨੀ ਹੈ ਜੋ ਅਲਮਸਤ ਹੋਣ ਬਾਬਾ ਲਵਲੀ ਸ਼ਾਹ ਜੀ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦੇ ਸੀ ਮਜ਼ਦੂਰੀ ਦਾ ਕੰਮ ਕਰਦੇ ਸੀ ਬਾਬਾ ਲਵਲੀ ਸਾਈਂ ਜੀ ਸਾਈਂ ਨੰਜੂ ਸ਼ਾਹ ਜੀ ਕੋਲ ਜਾਂਦੇ ਹੁੰਦੇ ਸੀ ਤੇ ਕੁਝ ਸਮੇਂ ਬਾਅਦ ਸਾਈਂ ਨਰਿੰਜਨ ਸ਼ਾਹ ਬਾਬਾ ਨੰਜੂ ਸ਼ਾਹ ਜਿਨ੍ਹਾਂ ਨੂੰ ਕਹਿੰਦੇ ਨੇ ਮੌਜ ਦੇ ਵਿੱਚ ਆਏ ਤੇ ਲਵਲੀ ਸਾਈਂ ਨੂੰ ਕਹਿਣ ਲੱਗੇ ਕਿ ਜੇਕਰ ਤੂੰ ਕਿਸੇ ਪੀਰ ਫਕੀਰ ਦੀ ਸੇਵਾ ਕਰਨੀ ਹੈ ਤਾਂ ਇੱਕ ਨਕੋਦਰ ਦੇ ਵਿੱਚ ਬਹੁਤ ਹੀ ਵੱਡੀ ਹਸਤੀ ਜਿਨ੍ਹਾਂ ਨੂੰ ਪੀਰਾਂ ਦੇ ਪੀਰ ਮਸਤਾਂ ਦੇ ਮਸਤ ਕਿਹਾ ਜਾਂਦਾ ਬਾਪੂ ਲਾਲ ਬਾਦਸ਼ਾਹ ਜੀ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਨਕੋਦਰ ਵਾਲੀ ਸਰਕਾਰ ਨਕੋਦਰ ਦੇ ਵਿੱਚ ਉਹ ਰਹਿੰਦੇ ਨੇ ਤੇ ਤੁਸੀਂ ਉੱਥੇ ਜਾਓ ਉਹਨਾਂ ਦੀ ਸੇਵਾ ਕਰੋ लवली ਸਾਈ ਜੀ ਆਪਣੇ ਮੁਰਸ਼ਦ ਦੀ ਰਜ਼ਾ ਦੇ ਵਿੱਚ ਉਹਨਾਂ ਦੇ ਹੁਕਮ ਦੇ ਨਾਲ ਨਕੋਦਰ ਆਏ ਬਾਪੂ ਜੀ ਕੋਲ ਜਦੋਂ लवली ਸਾਈ ਜੀ ਨਕੋਦਰ ਆਏ ਤਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਦਾਤਾ ਜੀ ਬਾਪੂ ਲਾਲ ਬਾਸ਼ਾ ਜੀ ਕਿੱਥੇ ਰਹਿੰਦੇ ਨੇ ਹੌਲੀ ਹੌਲੀ ਉਹਨਾਂ ਨੂੰ ਪਤਾ ਲੱਗਿਆ ਕਿ ਬਾਪੂ ਜੀ ਰਿਸ਼ੀ ਨਗਰ ਨਕੋਦਰ ਦੇ ਵਿੱਚ ਰਹਿੰਦੇ ਨੇ ਅਲਮਸਤ ਬਾਪੂ ਲਾਲ ਬਾਸ਼ਾ ਜੀ ਆਪਣੇ ਚਾਚਾ ਜੀ ਕੋਲ ਰਹਿੰਦੇ ਸੀ ਜਿਨ੍ਹਾਂ ਦਾ ਨਾਮ ਸੀ ਰਾਖਾਰਾਮ ਬਾਪੂ ਜੀ ਬਚਪਨ ਤੋਂ ਲੈ ਕੇ ਸਾਰਾ ਜੀਵਨ ਆਪਣੇ ਚਾਚਾ ਜੀ ਕੋਲ ਰਹਿ ਕੇ ਬਤੀਤ ਕੀਤਾ ਕਿਉਂਕਿ ਪੀਰਾਂ ਫਕੀਰਾਂ ਦੀ ਆਪਣੀ ਮਰਜ਼ੀ ਹੁੰਦੀ ਹੈ ਜਿੱਥੇ ਚਾਹੇ ਉਹ ਰਹਿ ਸਕਦੇ ਨੇ ਤਾਂ ਬਾਪੂ ਜੀ ਨੇ ਆਪਣੇ ਚਾਚਾ ਜੀ ਕੋਲ ਰਹਿ ਕੇ ਹੀ ਆਪਣਾ ਸਾਰਾ ਜੀਵਨ ਬਤੀਤ ਕੀਤਾ ਜਿਹੜੀ ਸੱਚਖੰਡ ਕੋਠੀ ਬਣੀ ਹੋਈ ਹੈ ਉੱਥੇ ਪੀਰ ਦਾਤਾ ਕਾਜੀ ਸ਼ਾਹ ਜੀ ਦੀ ਜਗ੍ਹਾ ਹੈ ਉੱਥੇ ਜਾ ਕੇ ਬਾਪੂ ਜੀ ਬੈਠਦੇ ਹੁੰਦੇ ਸੀ ਤੇ ਹੌਲੀ-ਹੌਲੀ ਉਸ ਜਗ੍ਹਾ ਨੂੰ ਸੱਚਖੰਡ ਕੋਠੀ ਬਾਪੂ ਲਾਲ ਬਾਸ਼ਾ ਜੀ ਕਹਿਣ ਲੱਗੇ ਬਾਅਦ ਦੇ ਵਿੱਚ ਇਹ ਦਰਬਾਰ ਬਣਿਆ लवली ਸਾਈ ਜੀ ਬਾਪੂ ਜੀ ਕੋਲ ਰਹਿਣ ਲੱਗ ਪਏ ਬਾਪੂ ਜੀ ਰਿਕਸ਼ੇ ਤੇ ਘੁੰਮਦੇ ਹੁੰਦੇ ਸੀ ਜਿੱਥੇ ਵੀ ਜਾਣਾ ਬਾਪੂ ਜੀ ਰਿਕਸ਼ੇ ਤੇ ਜਾਂਦੇ ਸੀ ਜਿਆਦਾਤਰ ਬਾਪੂ ਜੀ ਰਿਕਸ਼ੇ ਦੀ ਸਵਾਰੀ ਕਰਦੇ ਸੀ ਤੇ लवली ਸਾਈ ਜੀ ਰਿਕਸ਼ਾ ਚਲਾਉਂਦੇ ਹੁੰਦੇ ਸੀ ਜਿੱਥੇ ਵੀ ਬਾਪੂ ਜੀ ਦਾ ਦਿਲ ਕਰਨਾ लवली ਸਾਈ ਜੀ ਉਹਨਾਂ ਨੂੰ ਰਿਕਸ਼ੇ ਤੇ ਬਿਠਾ ਕੇ ਲੈ ਜਾਂਦੇ ਹੁੰਦੇ ਸੀ लवली ਸਾਈ ਜੀ ਨੇ ਬਾਪੂ ਜੀ ਦਾ ਰਿਕਸ਼ਾ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਸੀ ਲੜੀਆਂ ਲਾਈਆਂ ਸੀ ਸਪੀਕਰ ਲਾਇਆ ਸੀ ਕਿਉਂਕਿ ਬਾਪੂ ਜੀ ਰਿਕਸ਼ੇ ਤੇ ਘੁੰਮਦੇ ਹੁੰਦੇ ਸੀ ਤੇ लवली ਸਾਈ ਜੀ ਨੂੰ ਬਾਪੂ ਜੀ ਦੇ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਦੀ ਸਵਾਰੀ ਹਮੇਸ਼ਾ ਸਜਾ ਕੇ ਰੱਖਦੇ ਹੁੰਦੇ ਸੀ ਤੇ ਅੱਜ ਵੀ ਤੁਸੀਂ ਦੇਖਿਆ ਹੋਣਾ ਰਿਕਸ਼ਾ ਉੱਥੇ ਹੀ ਬਾਪੂ ਜੀ ਦਾ ਬਾਪੂ ਜੀ ਦੇ ਦਰਬਾਰ ਤੇ ਖੜਾ ਹੋਇਆ ਹੈ ਬਾਪੂ ਜੀ ਨੇ लवली ਸਾਈ ਜੀ ਨੂੰ ਹੌਲੀ-ਹੌਲੀ ਇੰਨਾ ਕੋ ਨੇੜੇ ਆ ਗਏ ਕਿ ਉਹਨਾਂ ਨੇ ਆਪਣਾ ਬੇਟਾ ਬਣਾ ਲਿਆ लवली ਤੋਂ ਬਾਅਦ ਬਾਪੂ ਜੀ ਦੀ ਨਜ਼ਰ ਕਰਮ ਹੋਈ लवली ਤੋਂ ਬਾਅਦ लवली ਸਾਈ ਜੀ ਬਣੇ लवली ਸਾਈ ਜੀ ਬਾਪੂ ਜੀ ਨੂੰ ਕਹਿੰਦੇ ਹੁੰਦੇ ਸੀ ਕਿ ਬਾਪੂ ਜੀ ਤੁਹਾਡੇ ਤੋਂ ਪਹਿਲਾਂ ਮੈਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਬਾਪੂ ਜੀ लवली ਸਾਈ ਜੀ ਨੂੰ ਇੰਨਾ ਪਿਆਰ ਕਰਦੇ ਸੀ ਕਿ लवली ਸਾਈ ਜੀ ਜਦੋਂ ਕਿਤੇ ਚਲੇ ਜਾਂਦੇ ਤਾਂ ਬਾਪੂ ਜੀ ਕਹਿੰਦੇ ਕਿ ਮੇਰੇ लवली ਕਿੱਧਰ ਗਿਆ ਮੇਰਾ लवली ਕਿੱਧਰ ਗਿਆ ਕਿਉਂਕਿ ਬਾਪੂ ਜੀ ਇੰਨਾ ਪਿਆਰ ਕਰਦੇ ਸੀ लवली ਸਾਈ ਜੀ ਨੂੰ ਮੇਰਾ लवली ਸਾਈ ਜੀ ਕਹਿੰਦੇ ਹੁੰਦੇ ਸੀ ਬਾਪੂ ਜੀ ਬਾਪੂ ਜੀ लवली ਸਾਈ ਜੀ ਨੂੰ ਆਪਣਾ ਪੁੱਤ ਮੰਨਦੇ ਸੀ ਆਪਣਾ ਬੇਟਾ ਮੰਨਦੇ ਸੀ ਜਦੋਂ लवली ਸਾਈ ਜੀ ਸੇਵਾ ਕਰਦੇ ਕਰਦੇ ਬਾਪੂ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਬਾਪੂ ਜੀ ਨੇ ਆਪਣੇ ਹੱਥੀ ਫਿਰ ਸਾਈ लवली ਸ਼ਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਰੱਖਿਆ ਉਹਨਾਂ ਦਾ ਆਪਣੇ ਹੱਥੀ ਕਫਨ ਦਫਨ ਉੱਥੇ ਹੀ ਕੀਤਾ ਤੁਸੀਂ ਜਿੱਤੇ ਹੁਣ ਬਾਪੂ ਜੀ ਨੂੰ ਸਲਾਮ ਕਰਨ ਜਾਂਦੇ ਹੋ ਤਾਂ ਇਧਰਲੇ ਹੱਥ लवली ਸਾਈ ਜੀ ਨੂੰ ਵੀ ਆਪਾਂ ਸਲਾਮ ਕਰਦੇ ਹਾਂ ਬਾਪੂ ਜੀ ਕਹਿੰਦੇ ਹੁੰਦੇ ਸੀ ਕਿ ਉਹ ਸਲਾਮ ਮੈਨੂੰ ਜਰੂਰ ਕਬੂਲ ਹੋਵੇਗੀ ਜਿਹੜਾ लवली ਸਾਈਂ ਜੀ ਨੂੰ ਵੀ ਜਾ ਕੇ ਸਲਾਮ ਕਰੇਗਾ ਜਿਹੜਾ ਇਹਨਾਂ ਨੂੰ ਸਲਾਮ ਕਰੇਗਾ ਉਹ ਸਲਾਮ ਤਾਂ ਮੈਨੂੰ ਜਰੂਰ ਕਬੂਲ ਹੋਵੇਗੀ ਬਾਪੂ ਜੀ ਦੀ ਇੰਨੀ ਮਰੀਦਗੀ ਤਾਂ लवली ਸਾਈਂ ਜੀ ਕਰ ਸਕਦੇ ਸੀ ਏ ਸੀ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਤੇ ਸਾਈਂ लवली ਸ਼ਾਹ ਜੀ ਦੀ ਇੱਕ ਨਿੱਕੀ ਜਿਹੀ ਗੱਲਬਾਤ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕਾ ਦਰਵੇਸ਼ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾ ਜੀ ਦੇ ਆਸ਼ਕ ਬੈਠੇ ਆ ਉਹਨਾਂ ਦੇ ਮুরিਦ ਬੈਠੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ